ਅੱਜ ਜੁੜੇ ਹੋਏ ਨੇ ਡਾਕਟਰ ਬਲਵੀਰ ਸਿੰਘ ਪੌਰਾ ਜੀ ਜੋ ਕਿ ਇੱਕ ਬਹੁਤ ਵੱਡੇ ਸਰਜਨ ਹੋਣ ਦੇ ਨਾਲ-ਨਾਲ ਇੱਕ ਬਹੁਤ ਵੱਡੇ ਸਮਾਜ ਸੇਵੀ ਵੀ ਹਨ ਤੇ ਸਮੇਂ-ਸਮੇਂ ਤੇ ਉਹ ਆਪਣੇ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਵਾਦੇ ਆ ਤੇ ਤੁਹਾਨੂੰ ਉਹਨਾਂ ਦੇ ਨਾਲ ਰੂਪ ਰੂਪ ਕਰਵਾਨੇ ਆ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ-ਬਹੁਤ ਡਾਕਟਰ ਸਾਹਿਬ ਤੁਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਕੀ ਮਾਮਲਾ ਹੈ ਜੀ ਕਿ ਅੱਜ ਤੁਸੀਂ ਜਿਹੜੀ ਆ ਪ੍ਰੈਸ ਕਾਨਫਰੰਸ ਦੇ ਲਈ ਅੱਜ ਸਮਾਂ ਕੱਢਿਆ ਆਪਣਾ ਤੇ ਕਾਹਦੇ ਵਾਸਤੇ 23 ਸਾਲ ਪਹਿਲਾਂ ਇੱਕ ਪੰਜਾਬ ਆਫਥਮੋਲੋਜੀਕਲ ਸੁਸਾਇਟੀ ਬਣਾਈ ਗਈ ਸੀ ਇਸੇ ਸ਼ਹਿਰ ਵਿੱਚ ਬਣਾਈ ਗਈ ਸੀ ਸਾਡੇ ਰਾਹੀਂ ਬਣਾਈ ਗਈ ਸੀ ਉਹਦੀ 23 ਕਾਨਫਰੰਸ ਕਰ ਰਹੇ ਆ ਜਿਹੜੀ ਕਿ 6 ਤੋਂ 8 ਦਸੰਬਰ ਤੱਕ ਲੀਲੀ ਰਿਜ਼ੋਰਟਸ ਦੇ ਵਿੱਚ ਹੋ ਰਹੀ ਆ ਜਿਹਦੇ ਵਿੱਚ ਨੈਸ਼ਨਲ ਇੰਟਰਨੈਸ਼ਨਲ ਤੇ ਹੋਸਟ ਫੈਕਲਟੀ ਆ ਰਹੀ ਆ ਔਰ ਉਹ ਆਪਣੇ ਸਾਰੇ ਵਿਚਾਰ ਰੱਖਣਗੇ ਇਸ ਚਰਚਾ ਹੋਏਗੀ ਅੱਖਾਂ ਦੇ ਔਰ ਆਪਰੇਸ਼ਨ ਜਿਹੜੇ ਲਾਈਵ ਸਰਜੀ ਜਿਸੀਂ ਕਹਿੰਨੇ ਆ 6 ਤਾਰੀਖ ਨੂੰ ਹੋਏਗੀ ਡਾਕਟਰ ਸਾਹਿਬ ਜਿਹੜੇ ਉੱਥੇ ਉਸ ਦਿਨ ਤੁਸੀਂ ਇਹ ਕਰਵਾ ਰਹੇ ਆ ਪ੍ਰੋਗਰਾਮ ਕਰਵਾ ਰਹੇ ਆ ਉਹਦੇ ਵਿੱਚ ਕੀ ਮੋਟਿਵ ਹੋਊਗਾ ਕੀ ਕੀ ਮਕਸਦ ਹੋਊਗਾ ਅੱਖਾਂ ਦੀਆਂ ਬਿਮਾਰੀਆਂ ਬਦੀਆਂ ਚਰਚਾ ਤੋਂ ਇਲਾਵਾ ਜਾਂ ਤਕਨੀਕਾਂ ਤੋਂ ਇਲਾਵਾ ਜੋ ਇਕੁਪਮੈਂਟ ਤੋਂ ਇਲਾਵਾ ਇਹ ਜਿਹੜੀ ਕਾਨਫਰੰਸ ਹੈ ਗੁਰੂ ਨਾਨਕ ਸਾਹਿਬ ਦੇ 550ਵੇਂ ਜਨਮ ਦਿਨ ਤੇ ਜਾਂ ਪੁਰਬ ਤੇ ਆਪਾਂ ਪੁਰਬ ਲਈ ਸਮਰਪਿਤ ਹੈ ਔਰ ਉਹਨਾਂ ਦਾ ਹੀ ਕਨਸੈਪਟ ਵਾਤਾਵਰਣ ਬਦਸਬੰਧੀ ਜਾਂ ਔਰਤਾਂ ਦੇ ਅਧਿਕਾਰਾਂ ਬਾਰੇ ਜਿ세 ਜਿਹਨੂੰ ਆਪਾਂ ਕਹਿੰਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਕਿ ਪਵਨ ਜਿਹੜਾ ਸਾਡਾ ਗੁਰੂ ਹੈ ਸਾਡਾ ਟੀਚਰ ਹੈ ਪਾਣੀ ਸਾਡਾ ਪਿਤਾ ਹੈ ਔਰ ਮਾਤਾ ਧਰਤੀ ਮਾਂ ਸਾਡੀ ਮਾਤਾ ਹੈ ਓਪਨਿੰਗ ਓਪਨਿੰਗ ਕੌਣ ਕਰੂਗਾ ਜੇ ਇਸ ਪ੍ਰੋਗਰਾਮ ਡਾਕਟਰ ਅਮਰ ਅਗਰਵਾਲ ਚੇਨਈ ਤੋਂ ਜਿਨ੍ਹਾਂ ਨੂੰ ਕਿ ਅਸੀਂ ਇਸ ਦੇਸ਼ ਦੇ ਪੁਰਾਣੇ ਜਮਾਨੇ 'ਚ ਸੁਸਰਤਾ ਹੋਏ ਨੇ ਜਿਨ੍ਹਾਂ ਨੇ ਬਹੁਤ ਸਾਰੀਆਂ ਵਸ਼ਕਾਰ ਕੀਤੀ ਤੇ ਉਹ ਅੱਜ ਦੇ ਸੁਸ਼ੇਤਾਸ਼ੀ ਉਹਨੂੰ ਸਮਝਦੇ ਆ ਜਾਣੇ ਬਹੁਤ ਸਾਰੀਆਂ ਕੀਤੀਆਂ ਨੇ ਇਨਵੈਂਸ਼ਨਸ ਕੀਤੀਆਂ ਨੇ ਇਨੋਵੇਸ਼ਨਸ ਕੀਤੇ ਨੇ ਉਹ ਆ ਰਹੇ ਨੇ ਸਾਡੇ ਚੀਫ ਗੈਸਟ ਪਰ ਨਾਲ ਹੀ ਬਸੰਤ ਬਾਬਾ ਬਲੀ ਸਿੰਘ ਸੀਚੇਵਾਲ ਗੈਸਟ ਆਫ ਆਨਰ ਹਨ ਉਹਨਾਂ ਬਾਰੇ ਤੁਸੀਂ ਸਭ ਜਾਣਦੇ ਹੋ ਕਿ ਉਹ ਬਾਤਾਂ ਵਿੱਚ ਕਿੰਨੀ ਵੱਡੀ ਹਸਤੀ ਬਣ ਗਏ ਨੇ ਅੱਜ ਤੋਂ 20 ਸਾਲ ਪਹਿਲਾਂ ਕਾਲੀ ਬੀਨ ਦੀ ਸੇਵਾ ਸ਼ੁਰੂ ਕਰਕੇ ਅੱਜ ਉਹ ਦੁਨੀਆ ਵਿੱਚ ਜਾਣੀ ਜਾਂਦੀ ਹੈ ਤੇ ਸਭ ਉਸ ਦਿਨ ਜਿਹੜੀਆਂ ਸਰਜਰੀਜ਼ ਵਗੈਰਾ ਹੋਣ ਗਿਆ ਟੋਟਲੀ ਫ੍ਰੀ ਹੋਣਗੀਆਂ ਜੀ ਹਾਂਜੀ ਉਹ ਜਿਹੜੀਆਂ 10 ਸੈਜੀ ਹੋਣਗੀਆਂ ਉਹ ਫ੍ਰੀ ਹੋਣਗੀਆਂ ਔਰ ਉਹਦੇ ਵਿੱਚ 1 ਲੱਖ 45 ਸੈਜੀ ਵੀ ਹੋਏਗੀ ਜਿਹੜੀ ਕਿ ਫ੍ਰੀ ਹੋਏਗੀ ਕਿਉਂਕਿ ਕੰਪਨੀਆਂ ਨੇ ਕਰਵਾਉਣੀਆਂ ਕੰਪਨੀਆਂ ਲੈਨਸ ਦੇ ਦਿੰਨੀਆਂ ਅਸੀਂ ਮਸ਼ੀਨਾਂ ਆਪਣੀ ਵਰਤ ਕੇ ਦਿਖਾ ਦਿੰਨੇ ਤਾਂ ਉਹ ਤੁਸੀਂ ਪੈਸੇ ਨਹੀਂ ਚਾਰਜ ਕੀਤੇ ਜਾਂਦੇ ਕਈ ਉਹ ਸੈਜੀ ਫ੍ਰੀ ਹੋਣਗੀਆਂ ਤੇ ਉਹ ਅਸੀਂ ਉਹਦੇ ਪੇਸ਼ੈਂਟ ਸੈਲੈਕਟ ਕਰ ਲਏ ਨੇ ਉਹ ਫ੍ਰੀ ਹੋਣਗੀਆਂ ਠੀਕ ਹੈ ਤੇ ਅਸੀਂ ਮੰਨ ਲਓ ਪੇਸ਼ੈਂਟਸ ਦਾ ਜਿਹੜਾ ਅਰੇਂਜਮੈਂਟ ਨਾ ਕੀਤਾ ਜਾਵੇ ਸਾਡੇ ਵੱਲੋਂ ਤੁਸੀਂ ਪਹਿਲਾਂ ਹੀ ਇਹ ਅਨਾਉਂਸ ਕਰ ਦਿੱਤੋ ਉਹ ਹਾਂਜੀ ਉਹ ਇਸ ਤਰ੍ਹਾਂ ਕਿ ਉਹ ਪੇਸ਼ੈਂਟ ਖਾਸ ਹੁੰਦੇ ਨੇ ਉਹਨਾਂ ਦੇ ਉਹਨ ਵਰਕਅਪ ਹੋਇਆ ਹੁੰਦਾ ਉਹਦੇ ਮਤਲਬ ਕੋ ਲੈਂਸ ਉਹ ਕੰਪਨੀ ਲੈ ਕੇ ਆਂਦੀ ਹੈ ਇਸ ਕਰਕੇ ਉਹ ਲੈਂਸ ਪਹਿਲੇ ਹੀ ਅਸੀਂ ਗਰੀਬ ਲੋਕ ਜਮੀਰ ਲੋਕ ਜੋ ਵੀ ਉਹਨਾਂ ਅਸੀਂ ਹਥਿਆਰ ਕਰ ਲੈਣੇ ਆ ਉਸ ਉਹਨਾਂ ਦੀ ਸੇਵਾ ਕੀਤੀ ਰਹੀ ਹੈ ਡਾਕਟਰ ਸਾਹਿਬ ਕੌਣ ਕੌਣ ਤੇ ਹੋਰ ਵੀ ਡਾਕਟਰ ਸਾਹਿਬ ਜਿਹੜੇ ਉੱਥੇ ਆ ਰਹੇ ਆ ਤੇ ਕੌਣ ਚੀਫ ਗੈਸਟ ਤੇ ਹੋਰ ਕੌਣ ਕੌਣ ਉੱਥੇ ਆਉਗਾ ਤੇ ਇਸ ਪ੍ਰੋਗਰਾਮ ਵਿੱਚ ਅਸੀਂ ਮੌਲੀਅਤ ਕਰਾਂ ਪਹਿਲਾਂ ਤਾਂ ਮੈਂ ਕਹਿ ਰਿਹਾ ਕਿ ਜਲੰਧਰ ਆਫਥਮੋਲੋਜੀ ਸੁਸਾਇਟੀ ਜਿਹੜੀ ਆ ਉਹ ਦੀ ਮੇਜ਼ਬਾਨ ਸੁਸਾਇਟੀ ਆ ਉਦੇ ਆਫਿਸ ਵੀਰ ਡਾਕਟਰ ਵੀਕੇ ਮਹਾਜਨ ਦੀ ਨਿਤ੍ਰਤ ਦੇ ਵਿੱਚ ਲੀਡਰਸ਼ਿਪ ਵਿੱਚ ਸਾਡੇ ਡਾਕਟਰ ਵਿਕ ਕਰੋੜਾ ਡਾਕਟਰ ਦਵਨ ਜੋਤੀ ਇੰਗਰਾਜ ਡਾਕਟਰ ਜੁਲਕਾ ਡਾਕਟਰ ਨਵਨੀਤ ਗਰਗ ਤੇ ਹੋਰ ਸਾਰੇ ਸਾਡੇ ਡਾਕਟਰ ਨੂੰ ਹੈਗੇ ਨੇ ਇਹ ਸਾਰਿਆਂ ਦੇ ਹੋਏਗੇ ਬਾਹਰੋਂ ਜਿਹੜੇ ਡਾਕਟਰ ਆਉਣਗੇ ਮੈਂ ਜਸਟ ਅਪਹਿਲੇ ਗਿਆਸ ਭਾਰਤ ਬਸ਼ ਦੇ ਹਰ ਕੋਆਰਡੀਨੇਟਰ ਡਾਕਟਰ ਆਉਣਗੇ ਕੋਮਪਟਰ ਤੋਂ ਚ ਨੇ ਤੋਂ Nagpur ਤੋਂ Delhi ਤੋਂ All In India Astromedical Science ਤੋਂ LB Prasad Institute ਤੋਂ PG Chandigarh ਤੋਂ ਸੋ ਮੈਂ ਕੰਨ ਕਸ਼ਮੀਰ ਤੋਂ ਕਰਨੈ ਕੁਮਾਰੀ ਡਾਕਟਰ ਆਉਣਗੇ ਤੇ ਇੱਕ ਨੈਸ਼ਨਲ ਲੈਵਲ ਦੀ ਕਾਨਫਰੰਸ ਹੋਏਗੀ ਔਰ US ਤੋਂ ਡਾਕਟਰ ਦੁਰਾਪਰ ਸਿੰਘ ਆਉਣਗੇ ਦੇਖੋ ਜਲੰਧਰ ਵਰਗੇ ਸ਼ਹਿਰ ਵਿੱਚ ਦੁਨੀਆ ਦੀ ਇੰਟਰਨੈਸ਼ਨਲ ਸਟੈਂਡਰਡ ਦੇ ਤੁਹਾਨੂੰ ਸਰਜਰੀ ਮਿਲਦੀਆਂ ਨੇ ਮੈਂ ਦਾਵਾ ਕਰਦਾ ਜੀ ਦੁਨੀਆ ਦੇ ਕਿਸੇ ਸਵੇ ਜੇ ਲੈਂਜ਼ਾ ਤੇ ਜਲੰਧਰ ਵੀ ਹੈਗਾ ਦੁਨੀਆ ਦੇ ਕਿਸੇ ਸਵੇ ਜਿਹੜੀ ਸਰਜਰੀ ਇੱਥੇ ਹੋ ਰਹੀ ਹੈ ਪਰ ਉਹੀ ਗੱਲ ਉੱਥੇ ਅਸੀਂ ਪੌਂਡਾ ਡਾਲਰ ਵਿੱਚ 10 ਗੁਣਾ ਕੀਮਤ ਅਸੀਂ ਕਰਾਉਣੇ ਆ ਇੱਥੇ ਦਸਵੇਂ ਹਿੱਸੇ ਵਿੱਚ ਇੰਟਰਨੈਸ਼ਨਲ ਸਰਜਰੀਜ਼ ਹੁੰਦੀਆਂ ਇਹ ਅਸੀਂ ਗਦਾਵੇ ਨਾ ਕਹਿ ਸਕਦੇ ਆ ਕਿਉਂਕਿ ਐਨਆਰਆਈ ਸਾਡੇ ਕੋਈ ਇਸੇ ਲਈ ਆਉਂਦੇ ਕਿਉਂ ਦਸਵਾਂ ਹਿੱਸਾ ਹੋਰ ਸਟੈਂਡਰਡ ਉਹਨਾਂ ਨੂੰ ਤਾਂ ਪਤਾ ਕਿਹੜਾ ਲੈਂਸ ਪਾਇਆ ਹੈਗਾ ਕੀ ਨਹੀਂ ਜਿਹੜਾ ਚਰਚਾ ਚੱਲ ਰਹੀ ਆ ਦਸਵਾਂ ਹਿੱਸਾ ਦੂਜੀ ਗੱਲ ਗਰੀਬ ਦਾ ਮੈਂ ਸਮਝਦਾ ਇੱਕ ਡਾਕਟਰ ਅੱਖਾਂ ਦਾ ਡਾਕਟਰ ਹੀ ਹੈ ਜਿਹੜਾ ਗਰੀਬ ਲਈ ਇੰਨਾ ਧਿਆਨ ਰੱਖਦਾ ਰੋਜ਼ ਕੈਂਪ ਲਾਈ ਜਾਂਦਾ ਰੋਜ਼ ਕਰਦਾ ਰੋਜ਼ ਹੀ ਸਫਾਰਾਂ ਚ ਪੜਦੇ ਹੋ ਕਤਿ ਤੁਸੀਂ ਦੇਖਿਆ ਕਿ ਕਿਡਨੀ ਬਦਲਣ ਦਾ ਆਪਰੇਸ਼ਨ ਫ੍ਰੀ ਕੈਂਪ ਲੱਗਾ ਹੋਵੇ ਸੋ ਅੱਖਾਂ ਦੇ ਡਾਕਟਰ ਜਿਹੜੇ ਪਹਿਲਾਂ ਹੀ ਸਮਰਪਤ ਨੇ ਜੋ ਗਰੀਬ ਲਈ ਪਰ ਰੋਜ਼ੀ ਰੋਟੀ ਲਈ ਬੱਚਿਆਂ ਲਈ ਪੈਸੇ ਚਾਹੀਦੇ ਹੁੰਦੇ ਆ ਔਰ ਜਿਹੜੇ ਪੈਸੇ ਦੀ ਗੱਲ ਹੈ ਜਿਸ ਤਰ੍ਹਾਂ ਵੱਡਾ ਸੈਂਟਰ ਉਹਨੇ ਪੈਸੇ ਜ਼ਿਆਦਾ ਹੁੰਦੇ ਜਿੰਨਾ ਛੋਟਾ ਉਹਨੇ ਥੋੜੇ ਹੁੰਦੇ ਜਿੰਨੀ ਵੱਡੀ ਇਕੁਪਮੈਂਟ ਹੋਣੀ ਹੈ ਪਰ ਮੈਂ ਆਖਰੀ ਸਿਰ ਇਹ ਦੇਣਾ ਚਾਹਣਾ ਕੇ ਜਲੰਧਰ ਦੇ ਵਿੱਚ ਇੰਟਰਨੈਸ਼ਨਲ ਸਟੈਂਡਰਡ ਦੇ ਆਪਰੇਸ਼ਨ ਬਹੁਤ ਹੀ ਘੱਟ ਰੇਟਾਂ 'ਤੇ ਕੀਤੇ ਜਾਂਦੇ ਨੇ। 트리플ਬੀ ਸਿੰਘ ਪੋਰਾ ਜੀ ਤੇ ਡਾਕਟਰ ਮਹਾਜਨ ਸਰ ਜਿਨ੍ਹਾਂ ਨੇ ਕੀ ਅੱਸ ਦੱਸਿਆ ਕਿ ਸਾਡੀ ਸੁਸਾਇਟੀ ਵੱਲੋਂ ਇੱਕ ਕੈਂਪ ਲਗਵਾਇਆ ਜਾ ਰਿਹਾ ਜੋ ਕਿ ਲਿਲੀ ਰਿਜ਼ੋਰਟ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਤੇ ਉਸ ਦੇ ਵਿੱਚ ਫ੍ਰੀ ਸਰਜਰੀਆਂ ਕਰਵਾਈਆਂ ਜਾਣਗੀਆਂ ਤੇ ਉਹਨਾਂ ਵੱਲੋਂ ਹੋਰ ਵੀ ਸਮੇਂ-ਸਮੇਂ ਤੇ ਸਮਾਜ ਸੇਵੀ ਕਮਾਡੇ ਵਿੱਚ ਵੱਧ ਚੜਕੇ ਹਿੱਸਾ ਲਿਆ ਜਾਂਦਾ ਹੈ। ਕੈਮਰਾਮੈਨ ਦਵਿੰਦਰ ਸ਼ਰਮਾ ਦੇ ਨਾਲ ਜ਼ੀਰੋ ਲਾਈਨ ਨਿਊਜ਼ ਤੋਂ ਦਵਿੰਦਰ ਕੁਮਾਰ